ਦੀ ਅੱਜ ਆਪਣੀਆਂ ਖੁਸ਼ੀਆਂ ਵਿੱਚ ਇੱਕ ਖੁਸ਼ੀ ਜਿਹੜੀ ਹੋਰ ਸ਼ਰੀਕ ਹੋਣ ਲੱਗੀ ਆ, ਮਤਲਬ ਜਿਹੜਾ ਆਪਣਾ 0 to 1 lakh ਤੱਕ ਦਾ ਸਫ਼ਰ ਸੀ ਉਹਦਾ ਜਿਹੜਾ ਆਪਾਂ ਨੂੰ ਸਿਲਵਰ ਪਲੇ ਬਟਨ ਮਿਲਦਾ ਹੁੰਦਾ ਉਹ ਅੱਜ ਆਪਣੇ ਕੋਲ ਡਿਲੀਵਰ ਹੋ ਜੂਗਾ। ਅੱਜ ਹੈਗੀ 30 December, ਅੱਜ ਉਹਨਾਂ ਦਾ ਹੁਣੇ ਹੁਣੇ ਮੈਨੂੰ ਮੈਸੇਜ ਆਇਆ, ਤਾਂ ਹੀ ਕਰਕੇ ਮੈਂ ਵੀਡੀਓ ਬਣਾਈ ਹੈ ਵੀ ਜੇ ਉਹ ਮੈਨੂੰ ਅੱਜ ਸਿਲਵਰ ਪਲੇ ਬਟਨ ਮਿਲ ਗਿਆ ਤਾਂ ਵੀਡੀਓ ਲੰਬੀ ਬਣਾ ਕੇ, ਮਤਲਬ ਜਿੰਨੀ ਵੀ ਆ ਸਾਰੀ ਬਣਾ ਕੇ ਇਹਨੂੰ ਫਿਰ ਆਪਾਂ ਪੋਸਟ ਕਰ ਦਾਂਗੇ। ਲਓ ਜੀ, ਜਿਹੜਾ ਆਪਣਾ ਸਿਲਵਰ ਪਲੇ ਬਟਨ ਸੀ ਉਹ ਆ ਚੁੱਕਿਆ ਅਤੇ ਹਜੇ ਆਪਾਂ ਨੂੰ ਖੋਲਿਆ ਨਹੀਂ, ਹਜੇ ਕੋਰੀਅਰ ਵਾਲਾ ਫੜਾ ਕੇ ਗਿਆ ਅਤੇ ਖੋਲ੍ਹ ਕੇ ਵੇਹਨੇ ਆ। ਮਤਲਬ ਇੰਨਾ ਦਿਲ 'ਚ ਚਾਅ ਚੜਿਆ ਪਿਆ ਨਾ ਵੀ ਤੁਹਾਡਾ ਸਾਰਿਆਂ ਦਾ ਪਿਆਰ ਆ ਜਿਹੜਾ, ਉਹਦੇ ਕਰਕੇ ਸਾਨੂੰ ਅੱਜ ਅਸੀਂ ਅੱਜ ਇਸ ਮੁਕਾਮ 'ਤੇ ਪਹੁੰਚਿਆ, ਇੰਨੇ ਲੋਕ ਸਾਡੇ ਨਾਲ ਜੁੜੇ ਆ ਅਤੇ ਖੋਲ੍ਹ ਕੇ ਵੇਹਨੇ ਆ। ਜੋ ਨਹੀਂ ਬਾਈ ਖੋਲ੍ਹਦਾ ਵੇਖਦੇ ਕੀ ਬਣਦਾ। ਖੋਲ੍ਹੋ 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 ਖੋਲ੍ਹੋ। ਅਤੇ ਅੱਜ ਤੁਹਾਨੂੰ ਮੈਂ ਸਾਰਿਆਂ ਨਾਲ ਉਹਨਾਂ ਨਾਲ ਵੀ ਇੰਟਰੋਡਿਊਸ ਕਰਾਊਂਗਾ ਜਿਹੜੇ ਬਿਹਾਇੰਡ ਕੈਮਰਾ ਮਤਲਬ ਕੰਮ ਕਰਦੇ ਆ। ਸਿਰਫ ਤੁਸੀਂ ਜ਼ਿਆਦਾਤਰ ਚੈਨਲ 'ਤੇ ਮੇਰੀ ਸ਼ਕਲ ਹੀ ਵੇਖਿਓ, ਪਰ ਜਿਹੜੇ ਕੈਮਰੇ ਦੇ ਬੈਕ ਸਾਈਡ 'ਤੇ ਵੀ ਕੰਮ ਕਰਦੇ ਆ ਉਹ ਵੀ ਅੱਜ ਤੁਹਾਨੂੰ ਮੈਂ ਸਾਰਿਆਂ ਨੂੰ ਮਿਲਾਊਂਗਾ। ਇਹਨਾਂ ਸਾਰਿਆਂ ਨੂੰ ਮੈਂ ਪਾਰਟੀ ਵੀ ਕਰਨੀ ਅੱਜ 31 'ਤੇ ਹੀ ਪਾਰਟੀ ਕਰ ਦਿੰਦੇ ਹਾਂ ਨਾ ਆਪਾਂ। ਸਾਰਿਆਂ ਨੂੰ ਗੱਤਾ ਜਾ ਨਿਕਲਿਆ ਵਿੱਚ ਜੀ, ਤੇ ਵਾਹ ਕੋਲ ਲਿਖਿਆ ਨੇ ਸਿਆਣੀਆਂ ਸਿਆਣੀਆਂ ਗੱਲਾਂ ਦੀਆਂ, ਪਤਾ ਨੀ ਕੀ ਲਿਖਿਆ। ਉਦੋਂ ਬਾਅਦ ਚ ਕੈਂਟ ਚੀਜ਼ ਕੱਢੋ 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 ਆਏ ਹਾਏ, ਦੁੱਖ ਹੀ ਤੋੜਦੇ ਯਾਰ, ਕਿੱਡੀ ਘੈਂਟ ਚੀਜ਼ ਆ। ਸਿੱਧੂ ਟੇਲਰ 1 lakh ਸਬਸਕ੍ਰਾਈਬਰ, ਬੜੀ ਘੈਂਟ ਚੀਜ਼ ਆ ਯਾਰ। ਅੱਜ ਐਂ ਜੇ ਲੱਗਦਾ ਵੀ ਜ਼ਿੰਦਗੀ ਦਾ ਆਪਾਂ ਇੱਕ ਛੋਟਾ ਜਿਹਾ ਮੁਕਾਮ ਆ ਜਿਹੜਾ ਹਾਸਲ ਕਰ ਲਿਆ। ਆਹ ਸਿਲਵਰ ਪਲੇ ਬਟਨ ਤੁਸੀਂ ਵੀ ਵੇਖਿਆ, ਸਾਰਾ ਤੁਹਾਡੇ ਸਾਰਿਆਂ ਦੀ ਪਿਆਰ ਨਾਲ, ਤੁਹਾਡੇ ਸਾਰਿਆਂ ਦੀ ਮਿਹਨਤ ਨਾਲ ਹੀ ਆਇਆ ਅਤੇ ਇੱਦਾਂ ਹੀ ਦੱਬ ਕੇ ਪਿਆਰ ਬਣਾਈ ਰੱਖਿਓ। ਆਪਾਂ ਜਿਵੇਂ ਸਿਲਵਰ ਲਿੱਤਾ, ਹੌਲੀ ਹੌਲੀ ਆਪਾਂ ਗੋਲਡ ਪਲੇ ਬਟਨ 'ਤੇ ਵੀ ਪਹੁੰਚਣਾ, ਅਤੇ ਉਹ ਵੀ ਬਹੁਤ ਜਲਦੀ। ਅਤੇ ਚਾਹ 'ਚ ਭੁੱਲ ਹੀ ਗਏ ਸੀ, ਇਹਦੇ ਵਿੱਚ ਕੁਛ ਹੋਰ ਵੀ ਹੈਗਾ, ਪਤਾ ਨਹੀਂ ਕੀ ਆ, ਕਾਰਡ ਜਿਹਾ ਹੀ ਆ ਉਹਨਾਂ ਨੂੰ ਲਿਖਿਆ ਵਾ ਯਾ ਆਪਣਾ ਸਿਲਵਰ ਪਲੇ ਬਟਨ। ਢਾਈ ਆਪਣੀ ਚੜ੍ਹਾਈ ਆ। ਹਾਂ, ਜੇ ਸਾਡੇ ਬਾਪੂ ਨੇ ਸਾਨੂੰ ਇਹ ਕੰਮ ਨਾ ਸਿਖਾਇਆ ਹੁੰਦਾ, ਇਸ ਕੰਮ 'ਚ ਨਾ ਪਾਇਆ ਹੁੰਦਾ ਤਾਂ ਅੱਜ ਅਸੀਂ ਇਸ ਮੁਕਾਮ ਤੱਕ ਪਹੁੰਚਣਾ ਨਹੀਂ ਸੀ। ਆਹ ਉੱਪਰ ਸਾਡੇ ਬਾਪੂ ਦੀ ਫੋਟੋ ਆ। ਅਤੇ ਚਲੋ ਠੀਕ ਹੈ ਜੀ, ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ। ਪਰ ਵੈਸੇ ਇਹਦੇ ਨਾਲ ਮੈਨੂੰ ਇੰਨਾ ਜ਼ਿਆਦਾ ਚਾਅ ਚੜਿਆ ਪਿਆ ਨਾ, ਜਿਹੜੇ ਸ਼ਬਦਾਂ ਵਿੱਚ ਬੋਲ ਕੇ ਬਿਆਨ ਨਹੀਂ ਹੁੰਦੀ ਇਹ ਚੀਜ਼। ਅਤੇ ਚਲੋ ਠੀਕ ਹੈ ਜੀ, ਮਿਲਦੇ ਹਾਂ ਜੀ ਸਾਰੇ ਮੈਂਬਰਾਂ ਦੇ ਨਾਲ ਹੁਣ ਆਪਾਂ ਪਾਰਟੀ 'ਤੇ। ਫਾਈਨਲੀ ਆ ਜਿਹੜਾ ਪਾਰਟੀ ਵਾਲਾ ਦਿਨ ਆ ਗਿਆ ਜੀ। ਪਾਰਟੀ ਤੁਹਾਨੂੰ ਦੱਸ ਦਿੰਦਾ, ਅੱਜ ਹੈਗੀ ਆ ਤਰੀਕ 10 January, ਅਤੇ ਪਾਰਟੀ ਦਾ ਪ੍ਰੋਗਰਾਮ ਸਾਡਾ ਬਣਦਾ ਪਿਆ ਸੀ ਜਦੋਂ ਪਹਿਲਾਂ ਸਾਡੇ 1 lakh ਸਬਸਕ੍ਰਾਈਬਰ ਪੂਰੇ ਹੋਏ ਸੀ ਨਵੰਬਰ ਦੇ ਵਿੱਚ, ਉਦੋਂ ਵੀ ਨਹੀਂ ਜਾਇਆ ਗਿਆ। ਫਿਰ ਨਵੰਬਰ ਦੇ ਲਾਸਟ ਵਿੱਚ ਸਾਡਾ ਜਿਹੜਾ ਪਲੇ ਬਟਨ ਆਇਆ ਸੀ ਸਾਡੇ ਤੋਂ, ਉਦੋਂ ਵੀ ਨਹੀਂ ਜਾਇਆ ਗਿਆ, ਅਤੇ ਜਿਹਦੇ ਕਰਕੇ ਨਹੀਂ ਜਾਇਆ ਗਿਆ ਉਹ ਬੰਦਾ ਬੈਠਾ ਲਾਸਟ ਵਾ ਜਿਹੜਾ ਬੈਠਾ, ਇਸ ਬੰਦੇ ਕਰਕੇ ਸਾਡੇ ਤੋਂ ਮਤਲਬ ਪਾਰਟੀ ਵਾਰੀ ਵਾਰੀ ਪ੍ਰੋਗਰਾਮ ਕੈਂਸਲ ਹੋ ਜਾਂਦਾ ਜੀ, ਇਹ ਥੋੜ੍ਹਾ ਜਿਹਾ ਇਹਦਾ ਕੰਮ ਬਿਜ਼ੀ ਚੱਲਦਾ ਪਿਆ ਸੀ। ਅਤੇ ਅੱਜ ਮੈਂ ਤੁਹਾਨੂੰ ਉਹ ਬੰਦਿਆਂ ਸਾਰਿਆਂ ਨਾਲ ਇੰਟਰੋਡਿਊਸ ਕਰਾਉਂਦਾ ਜਿਹੜੇ ਬੈਕ ਕੈਮਰਾ ਕੰਮ ਕਰਦੇ ਮੇਰੇ ਨਾਲ, ਮਤਲਬ ਜਿਹੜੇ ਮੇਰੇ ਹੈਲਪਰ ਆ, ਮੇਰੇ ਭਰਾ ਜਿਹੜੇ ਹੈਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨਾਲ ਮਿਲਾਉਂਦਾ ਹਾਂ। ਆਹ ਜਿਹੜਾ ਮੇਰਾ ਹੈਗਾ ਵੱਡਾ ਬ੍ਰਦਰ, ਇਹਨੂੰ ਤੁਸੀਂ ਰੀਸੈਂਟਲੀ ਲਾਸਟ ਵੀਡੀਓ ਆਈ ਉਹਦੇ ਵਿੱਚ ਵੇਖਿਓ, ਇਹਦਾ ਨਾਮ ਆ ਜਸ ਸਿੱਧੂ। ਅਤੇ ਇੱਧਰ ਨਾਲ ਗੁਰਜੀਤ ਸਿੰਘ ਕਾਲਾ, ਕਾਲਾ ਅਫਰੀਕਾ ਨਹੀਂ ਯਾਰ, ਇਹ ਗੁਰਜੀਤ ਸਿੰਘ, ਇਹ ਵੀ ਨਾਲ ਆਪਣੇ ਮਤਲਬ ਸਟਿਚਿੰਗ ਦੇ, ਜਿਹੜੇ ਸਟਿਚਿੰਗ ਕਰਦੇ ਇਹ ਵਾਲਾ ਮੁੰਡਾ ਕਰਦੇ ਨਾਲ। ਅਤੇ ਨਾਲ ਹੈਗਾ ਸੁਖਚੈਨ ਸਿੰਘ, ਜਿਹੜਾ ਤੁਸੀਂ ਮੋਸਟਲੀ ਵੇਖਿਓ ਜਿਹੜੇ ਛੋਟੇ ਕੱਪੜੇ ਪਾਏ ਹੁੰਦੇ, ਛੋਟੀ ਡਰੈਸ ਪਾਈ ਹੁੰਦੀ ਆ, ਉਹ ਇਹਦੇ ਪਾਈ ਹੁੰਦੇ ਕਿਉਂਕਿ ਇਹਦੀ ਹਾਈਟ ਆ ਜਿਹੜੀ ਥੋੜ੍ਹੀ ਛੋਟੀ ਆ। ਅਤੇ ਜਿਹੜਾ ਤੁਸੀਂ ਲੰਬੀ ਕੁੜੀ ਵੇਖੀ ਨੇ, ਜਿਹੜੇ ਸਾਡੇ ਵੀਡੀਓ ਦੇ ਵਿੱਚ ਜਿਹੜੇ ਲੰਬੀਆਂ ਸਲਵਾਰਾਂ ਪਾਈਆਂ ਹੁੰਦੀਆਂ, ਜਿਹਦੇ ਕੋਈ ਲੰਬੀ ਡਰੈਸ ਪਾਈ ਹੁੰਦੀ ਆ, ਉਹ ਇਸ ਵਾਲੀ ਮਾਡਲ ਦੇ ਪਾਈ ਹੁੰਦੀਆਂ। ਅਤੇ ਇਸ ਵਾਲੀ ਮਾਡਲ ਕਰਕੇ ਸਾਡੇ ਜਿਹੜਾ ਪ੍ਰੋਗਰਾਮ ਹੈ ਥੋੜ੍ਹਾ ਜਿਹਾ ਲੇਟ ਹੋ ਗਿਆ, ਜਿਹੜਾ ਪਾਰਟੀ ਸੀਗੀ ਸਾਡੀ ਅੱਜ, ਜਿਹੜੀ ਸਾਡੀ ਪਾਰਟੀ ਸੀ ਇਹਦੇ ਕਰਕੇ ਸਾਰੀ ਲੇਟ ਹੁੰਦੀ ਰਹੀ ਆ। ਫਰੀ ਦੀ ਚੀਜ਼ ਹੈ ਜਿਹੜੀ ਜਮਾਂ ਨਹੀਂ ਛੱਡਣੀ, ਖਾ ਲਈਏ। ਆ ਮੇਰਾ ਤੇ ਭਾਈ ਉਹ ਦੂਜੀ 12 ਰੰਗੀ ਹੈ ਨਾ ਚੱਕਦਾ।
ਤੇ ਥੈਂਕ ਯੂ ਸੋ ਮੱਚ ਸਾਡੀ ਪੂਰੀ ਟੀਮ ਵੱਲੋਂ ਜਿਨ੍ਹਾਂ ਨੂੰ ਤੁਸੀਂ ਅੱਜ ਇਸ ਮੁਕਾਮ 'ਤੇ ਪਕਾਇਆ ਨਹੀਂ ਪਹੁੰਚਾਇਆ, ਜਿਵੇਂ ਅਸੀਂ ਹੁਣ ਸਿਲਵਰ ਪਲੇਟ ਬਟਨ ਤੱਕ ਪਹੁੰਚ ਗਏ, ਹੌਲੀ ਹੌਲੀ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਅਸੀਂ ਗੋਲਡਨ ਪਲੇਟ ਬਟਨ 'ਤੇ ਵੀ ਪਹੁੰਚ ਜਾਵਾਂਗੇ। ਅਤੇ ਇੱਦਾਂ ਹੀ ਪਿਆਰ ਬਣਾਈ ਰੱਖਿਓ ਅਤੇ ਵੀਡੀਓ ਨੂੰ ਦੱਬ ਕੇ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਅਤੇ ਬਸ ਰੱਬ ਰੱਖਾ। ਹਾਂ ਅੰਗਰੇਜ਼ੀ ਵਿੱਚ ਥੈਂਕ ਯੂ ਜੱਟੋ।